ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਤੁਹਾਡੇ ਨਾਲ ਇਰਫਾਨ ਸਮੋਰ। ਇਸ ਵੇਲੇ ਅਸੀਂ ਗੁਰਦੁਆਰਾ ਸੱਚਾ ਸੌਦਾ ਫਾਰੂਕਾਬਾਦ ਮੌਜੂਦ ਹਾਂ। ਕੁਛ ਯਾਤਰੀ ਮੇਰੇ ਨਾਲ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬ ਤੋਂ ਇੰਡੀਆ ਤੋਂ ਪਾਕਿਸਤਾਨ ਆਏ ਨੇ। ਇਹਨਾਂ ਨਾਲ ਗੱਲਬਾਤ ਕਰਨੇ ਆ, ਇਹਨਾਂ ਦੇ ਵਿਚਾਰ ਜਾਣਨੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਠੀਕ ਠਾਕ ਹੈ। ਕੀ ਨਾਮ ਆ ਜੀ ਅਤੇ ਕਿੱਥੋਂ ਆਏ? ਮੈਂ ਕਰਮ ਸਿੰਘ ਢਿੱਲੋਂ ਹਰਿਆਣੇ ਤੋਂ ਆਇਆ, ਹਰਿਆਣਾ ਜ਼ਿਲ੍ਹਾ ਤੋਂ। ਜੀ ਜੀ, ਹਾਂਜੀ। ਅਤੇ ਤੁਸੀਂ ਜੀ? ਹਰਿਆਣੇ ਤੋਂ ਆਏ ਹਾਂ। ਡੁਆਣੇ ਵੀ ਹਰਿਆਣੇ? ਤੁਸੀਂ ਵੀ ਹਰਿਆਣੇ ਤੋਂ? ਪੂਰਾ ਜੱਥਾ ਉਹਦੇ ਨਾਲ ਹੀ ਆਇਓ ਜਾਂ ਇਕੱਲੇ? ਨਹੀਂ, ਅਲੱਗ ਜੱਥੇ ਨਾਲ ਆਇਆ। ਜੱਥੇ ਤੋਂ ਅਲੱਗ ਆਇਆ, ਉੱਥੇ ਜੱਥੇ ਨੇ ਆਪਣਾ ਸਾਡੇ ਆਪਣਾ ਪਾਸਪੋਰਟ ਆਪਣਾ ਵੀਜ਼ਾ ਲਵਾਇਆ ਸੀ, ਉਸੇ ਨਾਲ ਆਇਆ। ਅੱਜ ਪਹੁੰਚੋ, ਕੱਲ ਪਹੁੰਚੋ? ਨਹੀਂ, ਅਸੀਂ ਕੱਲ ਪਰਸੋਂ ਪਹੁੰਚੇ ਸੀ। ਪਰਸੋਂ? ਹਾਂਜੀ। ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜੀ? ਬਹੁਤ ਅੱਛਾ, ਅੱਛੀ ਅੱਛਾ ਅਰੇਂਜਮੈਂਟ ਹੈ। ਅੱਛਾ, ਅੱਛੀ ਸੇਵਾ ਵੀ ਅੱਛੀ ਹੈ, ਡੰਗਰ ਪਾਣੀ ਦੀ ਔਰ ਵੀ ਸਾਰੇ ਜੋ ਮਨ ਚ ਇੱਛਾ ਸੀ ਪੂਰੀ ਹੋ ਗਈ। ਧਾਰਮਿਕ ਗੁਰੂਆਂ ਕੇ ਦਰਜਨ ਸਥਾਨਾਂ ਤੇ ਆਪਾਂ ਅਸੀਂ ਆਪਣਾ ਆਏ ਆ ਤੇ ਸਾਨੂੰ ਆਪਣਾ ਬਹੁਤ ਅੱਛਾ ਲੱਗਿਆ। ਸਹੀ, ਤੁਸੀਂ ਪਹਿਲਾਂ ਵੀ ਆਏ ਸੀ ਜੀ? ਪਹਿਲੇ ਵੀ ਆਈ ਸੀ। ਪਹਿਲੇ ਕਿੰਨੇ ਕੁ ਸਾਲ ਪਹਿਲਾਂ? 2 ਸਾਲ ਪਹਿਲਾਂ, ਕਰੋਨੇ ਤੋਂ ਪਹਿਲਾਂ। ਕਰੋਨੇ ਤੋਂ ਪਹਿਲਾਂ? ਹਾਂਜੀ। ਫਿਰ ਕੀ ਕੁਛ ਦੇਖ ਕੇ ਗਿਆ ਸੀ ਉੱਥੇ, ਕੀ ਦੱਸਿਆ? ਬਸ ਵੀ ਗੁਰਦੁਆਰੇ ਦੇ ਦਰਸ਼ਨ ਕਰਕੇ ਆਏ ਸੀ। ਹਾਂਜੀ, ਸਿਰਫ ਦਰਸ਼ਨ ਹੀ ਕੀਤਾ ਸੀਗਾ ਉਦੋਂ? ਹੋਰ ਕਿਤੇ ਆਉਣ ਜਾਣ ਨਹੀਂ ਹੋਇਆ ਸੀ? ਹੋਰ ਕਿਤੇ ਨਹੀਂ ਹੋਇਆ, ਦਰਸ਼ਨ ਹੀ ਕੀਤੇ ਸੀ ਗੁਰਦੁਆਰੇ ਨੇ। ਹੁਣ ਤੇ ਤੁਹਾਨੂੰ ਲਾਹੌਰ ਵੀ? ਜਿਵੇਂ ਲਾਹੌਰ ਨਹੀਂ ਸੀ ਗਏ, ਕਰਤਾਰਪੁਰ ਸਾਹਿਬ ਨਹੀਂ ਗਏ ਸੀਗੇ, ਨਵਜੋਤ ਸਿੱਧੂ ਹੈ ਨਾ, ਰਸਤਾ ਬੰਦ ਹੋ ਗਿਆ ਸੀ ਇੱਧਰਲਾ, ਹੋਰ ਨਹੀਂ ਕਿਤੇ ਗਏ ਸੀ, ਪੰਜਾ ਸਾਹਿਬ ਗਏ ਸੀ। ਤੁਹਾਡਾ ਕੀ ਨਾਮ ਆ ਜੀ? ਮਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲੇ 19 ਵਿੱਚ ਆਏ ਸੀ, ਜਦੋਂ ਸਾਡਾ 500 ਸਾਲਾ ਸੀ, ਸਾਨੂੰ ਬਹੁਤ ਅੱਛਾ ਲੱਗਾ। ਅਸੀਂ ਦੁਬਾਰਾ ਕੋਸ਼ਿਸ਼ ਕੀਤੀ ਗੁਰੂ ਨਾਨਕ ਜੀ ਦੀ ਨਗਰੀ ਵਿੱਚ ਆਉਣ ਦੀ, ਕਾਨਾ ਸਾਹਿਬ ਆਉਣ ਦੀ। ਅੱਜ ਅਸੀਂ ਸੱਚਾ ਸੌਦਾ ਆਏ, ਗੁਰੂ ਨਾਨਕ ਜੀ ਨੇ 20 ਰੁਪਏ ਦਾ ਵਪਾਰ ਕੀਤਾ, ਬਹੁਤ ਬਰਕਤ ਪਈ, ਲੰਗਰ ਵਿੱਚ ਪਈ, ਖਾਣ ਪੀਣ ਵਿੱਚ ਪਈ, ਪੈਸੇ ਵਿੱਚ ਪਈ। ਅਸੀਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਗੁਰੂ ਨਾਨਕ ਜੀ ਦੇ ਦੱਸੇ ਅਨੁਸਾਰ ਚੱਲੀਏ ਅਤੇ ਉਹਨਾਂ ਦੇ ਸਿੱਖੀ 'ਤੇ ਚੱਲੀਏ, ਅਤੇ ਜਿਵੇਂ ਉਹਨਾਂ ਨੇ ਬਰਕਤ ਪਾਈ ਸੀ, ਇਸ ਤਰ੍ਹਾਂ ਹਰ ਪਰਿਵਾਰ ਨੂੰ ਬਰਕਤ ਪੈਂਦੀ ਰਹੇ। ਤੁਸੀਂ ਦੂਜੀ ਵਾਰ ਆਇਓ? ਹਾਂਜੀ, ਮੈਂ ਦੂਜੀ ਵਾਰ ਆਈ, 19 ਵਿੱਚ ਆਈ ਸੀ, 550 ਸਾਲ ਆਈ। ਮੈਨੂੰ ਬਹੁਤ ਅੱਛਾ ਲੱਗਾ ਸੀ, ਮੈਂ ਜਾ ਕੇ ਆਪਦੇ ਬੱਚਿਆਂ ਨੂੰ ਕਿਹਾ, ਬਹੁਤ ਪ੍ਰੇਮ ਨਾਲ ਬੋਲਦੇ ਨੇ, ਬਹੁਤ ਅੱਛੇ ਲੋਕ ਨੇ, ਬਹੁਤ ਆਦਰ ਮਾਣ ਕਰਦੇ ਨੇ, ਸਾਡੀ ਬਹੁਤ ਇੱਜ਼ਤ ਕਰਦੇ ਨੇ। ਹੁਣ ਵੀ ਸਾਨੂੰ ਬਹੁਤ ਅੱਛਾ ਲੱਗਾ ਹੈ, ਬਹੁਤ ਪ੍ਰੇਮ ਅਤੇ ਪਿਆਰ ਨਾਲ ਬੋਲਦੇ ਨੇ, ਬਹੁਤ ਇੱਜ਼ਤ ਕਰਦੇ ਨੇ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਪਰਮਾਤਮਾ ਇਹਨਾਂ ਨੂੰ ਵਧਾਵੇ ਫੁਲਾਵੇ, ਬਹੁਤ ਖੁਸ਼ ਰਹਿਣ ਸਾਰਾ ਪਰਿਵਾਰ। ਨਾਲ ਕੌਣ ਕੌਣ ਆਇਆ ਵਾ ਤੁਹਾਡੇ? ਸਾਡਾ ਅਸੀਂ ਸਾਰੀ ਮਤਲਬ ਇਕੱਠੀ ਫੈਮਿਲੀ ਆਏ ਹਾਂ। ਬੱਚੇ ਤੁਹਾਡੇ? ਬੱਚੇ ਸਾਡੇ ਘਰ ਨੇ, ਉੱਥੇ ਫਤਿਹਾਬਾਦ ਡਿਸਟ੍ਰਿਕਟ ਹੈ ਸਾਡਾ, ਟਵਾਣਾ ਸ਼ਹਿਰ ਹੈ। ਅੱਛਾ, ਹਾਂਜੀ। ਬੱਚਿਆਂ ਨੂੰ ਕਿਹਾ ਸੀ, ਬੱਚੇ ਉੱਥੇ ਬਹੁਤ ਪ੍ਰੇਮ ਨਾਲ ਬੋਲਦੇ ਨੇ, ਤੁਸੀਂ ਵੀ ਬੋਲਿਆ ਕਰੋ, ਅਤੇ ਬੱਚੇ ਕਹਿੰਦੇ ਮੰਮੀ ਤੁਸੀਂ ਤਾਂ ਹੁਣ ਉੱਥੋਂ ਦੇ ਕਈ ਦਿਨ ਗੁਣਗਾਓਗੇ। ਹਾਂ, ਬੱਚੇ ਸਾਰੇ ਪੁੱਛਦੇ ਸੀ ਤੁਸੀਂ ਗੁਰੂ ਨਾਨਕ ਦੀ ਨਗਰੀ ਜਾ ਕੇ ਆਇਓ। ਅਸੀਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਸਭ ਨੂੰ ਇੱਥੇ ਗੁਰੂ ਨਾਨਕ ਦੀ ਨਗਰੀ ਵਿੱਚ ਇੱਕ ਵਾਰਾਂ ਤਾਂ ਜ਼ਰੂਰ ਲੈ ਕੇ ਆਓ। ਹਾਂਜੀ, ਇੱਕ ਵਾਰ ਤੁਸੀਂ ਫਿਰ ਕਦੋਂ ਆਉਣਾ? ਦੇਖੋ ਜੀ, ਮੋਟਾਪਾ ਆ ਗਿਆ, ਹੁਣ ਵਾਹਿਗੁਰੂ ਦੇ ਪਰਮਾਤਮਾ ਦੇ ਵੱਸ ਹੈ, ਜਦੋਂ ਉਸਨੇ ਚਾਹਿਆ ਉਦੋਂ ਆਉਂਗੇ। ਸਾਡੇ ਤਾਂ ਇਹੀ ਅਰਦਾਸ ਹੈ ਵੀ ਪਰਮਾਤਮਾ ਜਦੋਂ ਉਸਦੀ ਇੱਛਾ ਹੋਏਗੀ ਉਦੋਂ ਸਾਨੂੰ। ਤੁਸੀਂ ਕੁਛ ਦੱਸੋ ਜੀ, ਕੀ ਐਕਸਪੈਕਟੇਸ਼ਨ ਲੈ ਕੇ ਆਏ ਸੀ? ਬਹੁਤ ਵਧੀਆ ਲੱਗਿਆ ਵੀਰ ਜੀ, ਬੜੀ ਇੱਛਾ ਸੀ ਵੀ ਕਦੋਂ, ਪਹਿਲਾਂ ਵੀ ਵੀਜ਼ਾ ਲੱਗ ਚੁੱਕਾ ਸੀ, ਅਸੀਂ ਕਿਸੇ ਕਾਰਨ ਕਰਕੇ ਆ ਨਹੀਂ ਸਕੇ, ਮਿਲ ਕੇ ਬੜਾ ਅੱਛਾ ਲੱਗਾ, ਬੜੇ ਵਧੀਆ ਪਰਿਵਾਰ ਮੈਨੂੰ ਮਿਲਣ ਦੀ ਬੜੀ ਇੱਛਾ ਸੀ, ਅਰਦਾਸ ਰੋਜ਼ ਕਰੀ ਦੀ ਸੀ, ਸਤਿਗੁਰੂ ਨੇ ਅੱਜ ਦਰਸ਼ਨ ਦੁਆਰੇ ਬਖਸ਼ੇ, ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਪਰਮਾਤਮਾ। ਅਤੇ ਕੀ ਪਲਾਨ ਕਰਕੇ ਆਏ ਹੋ? ਲਾਹੌਰ ਤੁਹਾਨੂੰ ਉੱਥੇ ਵਿਜ਼ਿਟ ਵੀ ਕਰਾਉਣਗੇ, ਹੈ ਨਾ? ਹਾਂਜੀ ਹਾਂਜੀ। ਕੀ ਕੋਈ ਪਲਾਨ ਹੈ ਸ਼ੋਪਿੰਗ ਵਗੈਰਾ ਦਾ? ਚਲੋ ਉਹ ਤਾਂ ਉੱਥੇ ਜਿਵੇਂ ਪਤਾ ਲੱਗਿਆ ਜੀ ਕੀ ਪਲਾਨ ਹੁੰਦਾ, ਕੀ ਸ਼ੋਪਿੰਗ ਕਰਾਉਂਦੇ ਉਹਨਾਂ ਦੇ, ਜੇ ਨਾਲ ਜਿਵੇਂ ਜਿਵੇਂ ਸਾਨੂੰ ਟਾਈਮ ਦੇਣਗੇ ਉਸ ਹਿਸਾਬ ਮੁਤਾਬਕ ਨਾਲ ਚੱਲਾਂਗੇ। ਅੱਛਾ, ਜਿਹੜੇ ਆਉਂਦੇ ਨੇ ਨਾ ਯਾਤਰੀ, ਉਹਨਾਂ ਦੇ ਦੋ ਐਕਸਾਈਟਮੈਂਟਸ ਹੁੰਦੀਆਂ ਨੇ। ਇੱਕ ਹੁੰਦੀ ਹੈ ਕਿ ਜੀ ਅਸੀਂ ਜਾ ਕੇ ਦਰਸ਼ਨ ਕਰਨਾ ਹੈ,
ਮੱਥਾ ਟੇਕਣਾ, ਦੂਜੀ ਹੁੰਦੀ ਹੈ ਜੀ ਲਾਹੌਰ ਫਿਰਨਾ ਵਾ। ਪਹਿਲਾਂ ਤਾਂ ਦਰਸ਼ਨਾਂ ਦੀ ਚਾਹਨਾ ਹੀ ਲੈ ਕੇ ਆਏ, ਸਤਿਗੁਰ ਦਰਸ਼ਨ ਕਰਾਵੇ ਆਪਣੇ ਚਰਨਾਂ ਨਾਲ ਜੋੜੇ, ਅੱਗੇ ਚਲੋ ਜੋ ਪ੍ਰਸ਼ਾਦ ਤੌਰ 'ਤੇ ਜੋ ਵੀ ਇੱਕ ਗਿਫਟ ਦੇ ਤੌਰ 'ਤੇ ਕੁਛ ਨਾ ਕੁਛ ਜੋ ਕਰ ਸਕੇ ਲੈ ਕੇ ਜ਼ਰੂਰ ਜਾਵਾਂਗੇ। ਅੱਜ ਰਾਤ ਦਾ ਸਟੇਅ ਤੁਹਾਡਾ ਇੱਥੇ ਹੀ ਹੈ? ਨਹੀਂ, ਅਸੀਂ ਉੱਥੇ ਜਾਣਾ ਨਨਕਾਣਾ ਸਾਹਿਬ। ਅੱਛਾ, ਇੱਥੇ ਕਿੰਨੀ ਦੇਰ ਰਹੋਗੇ ਅਤੇ ਕਿਸ ਟਾਈਮ ਇੱਥੋਂ ਨਿਕਲੋਗੇ? ਬਸ ਹੁਣ ਚੱਲਣ ਦੀ ਤਿਆਰੀ 'ਚ ਹੈ ਜੀ। ਅੱਛਾ ਜੀ, ਹਾਂਜੀ ਹਾਂਜੀ, ਠੀਕ ਹੈ। ਨਾਜ਼ਰੀਨ, ਇਹ ਯਾਤਰੀ ਇੰਡੀਆ ਤੋਂ ਪਾਕਿਸਤਾਨ ਆਏ ਨੇ ਹਰਿਆਣਾ ਤੋਂ, ਜਿਹਨਾਂ ਗੱਲਬਾਤ ਅਸੀਂ ਕੀਤੀ। ਇਜਾਜ਼ਤ ਦਿਓ ਜੀ, ਰੱਬ ਰੱਖ।